ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਕਹਿਣ ਲੱਗੇ ਬਲਿਓ ਚਰਾਗ ਅੰਧਿਆਰ ਮੈਂ ਚਰਾਗ ਦਾ ਅਰਥ ਹੁੰਦਾ ਹੈ ਚਾਰ ਮੂੰਹਾਂ ਵਾਲਾ ਦੀਵਾ ਇੱਕ ਲਾਈਟ ਆਟੇ ਦਾ ਦੀਵਾ ਹੁੰਦਾ ਹੈ ਇੱਕ ਘੁਮਿਆਰ ਤੋਂ ਲਿਆਂਦਾ ਹੋਇਆ ਦੀਵਾ ਹੁੰਦਾ ਹੈ ਉਹਦੇ ਵਾਸਤੇ ਇੱਕ ਬੱਤੀ ਦੋ ਬੱਤੀ ਚਾਰ ਬੱਤੀਆਂ ਮਾਤਾਵਾਂ ਲਾ ਦਿੰਦੀਆਂ ਜਿਤਨਾ ਚਿਰ ਤੇਲ ਘਿਓ ਜਲਦਾ ਹੈ ਰੋਸ਼ਨੀ ਦਿੰਦਾ ਹੈ ਪਰ ਸੈਕਟਰੀ ਸਾਹਿਬ ਨੇ ਬੜਾ ਸੋਹਣਾ ਟੌਪਿਕ ਦਾਸ ਨੂੰ ਬਖਸ਼ਿਆ ਕਿ ਗੁਰਬਾਣੀ ਤਾਂ ਮੈਂ ਕਿਹਾ ਠੀਕ ਹੈ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਉੱਤੇ ਆਏ ਅੰਧੇਰਾ ਸੀ ਇੱਥੇ ਤਾਂ ਹੀ ਉਹਨਾਂ ਨੂੰ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਕਿਹਾ ਜਾਂਦਾ ਹੈ ਕਿਉਂਕਿ ਚਾਨਣ ਉਹ ਲਿਆਏ ਗੁਰਬਾਣੀ ਦਾ ਰੋਸ਼ਨੀ ਇਸ ਤਰ੍ਹਾਂ ਦਾ ਦੀਵਾ ਜਲਿਆ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਭਵਨ ਘਰ ਨੂੰ ਕਹਿੰਦੇ ਹਨ ਪਰ ਕਿਹੜਾ ਘਰ ਆ ਸਰੀਰ ਵੀ ਘਰ ਹੈ ਇਹਦੇ 'ਚ ਅੰਧੇਰਾ ਹੈ ਇਹਦੇ ਵਿੱਚ ਗੁਰਬਾਣੀ ਦੀ ਰੋਸ਼ਨੀ ਦੇਣ ਵਾਸਤੇ ਇਹਦੇ ਵਿੱਚ ਸਤਿਗੁਰ ਸ਼ਬਦ ਉਜਾਰੋ ਦੀਪਾ ਬਨ ਬਿਦਸੋ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ ਸਤਿਗੁਰੂ ਨੇ ਗੁਰਬਾਣੀ ਸਾਡੇ ਅੰਦਰ ਦਾ ਬੁਝਿਆ ਹੋਇਆ ਦੀਵਾ ਜਗਾਉਂਦੀ ਹੈ ਅਤੇ ਦੀਵਾ ਜਦੋਂ ਜਗ ਜਾਂਦਾ ਹੈ ਫਿਰ ਮਨੁੱਖ ਨੂੰ ਪਤਾ ਲੱਗ ਜਾਂਦਾ ਹੈ ਕਿ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਧਿਆਨ ਰੱਖਣਾ ਕਿ ਤੁਹਾਡੇ ਕੋਲ ਗੁਰੂ ਨਾਨਕ ਦੇਵ ਪਾਤਸ਼ਾਹ ਅਵਤਾਰ ਹੋਇਆ ਪਰ ਉਹ ਕੀ ਲੈ ਕੇ ਆਏ ਕਰਮ ਕਾਂਡੀ ਬੰਦੇ ਆ ਕੇ ਉਹਨਾਂ ਨੂੰ ਪੱਤਰੀ ਬਣਾਉਣ ਵਾਸਤੇ ਉਹਨਾਂ ਦਾ ਟੇਵਾ ਲਾਉਣ ਵਾਸਤੇ ਪਾਤਸ਼ਾਹ ਕਹਿਣ ਲੱਗੇ ਨਹੀਂ ਇਹਨਾਂ ਕਰਮਾਂ ਕਾਂਡਾਂ ਤੋਂ ਬਚਾਉਣ ਵਾਸਤੇ ਤਾਂ ਮੈਂ ਆਇਆ ਹਾਂ ਮੈਂ ਤਾਂ ਗੁਰਬਾਣੀ ਦੀ ਲੋ ਲੈ ਕੇ ਆਇਆ ਰੋਸ਼ਨੀ ਲੈ ਕੇ ਆਇਆ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਗਿਆ ਅਤੇ ਮਹਾਰਾਜ ਤੁਹਾਡਾ ਗੁਰੂ ਕੌਣ ਹੈ ਤੁਹਾਡਾ ਮਤ ਕਿਹੜਾ ਹੈ ਅਤੇ ਸਤਿਗੁਰੂ ਪਾਤਸ਼ਾਹ ਜਿੱਥੋਂ ਦਾਸ ਨੇ ਪ੍ਰਾਰੰਭ ਕੀਤਾ ਕਮਣ ਮੂਲ ਮੂਲ ਕਹਿੰਦੇ ਮੁੱਢ ਅਸੀਂ ਵੀ ਪੁੱਛਦੇ ਹਾਂ ਦੱਸੋ ਤੁਹਾਡਾ ਵਿਲੇਜ ਪਿੰਡ ਕਿਹੜਾ ਹੈ ਤੁਹਾਡਾ ਸਿਟੀ ਕਿਹੜਾ ਹੈ ਤੁਹਾਡਾ ਖਾਨਦਾਨ ਕਿਹੜਾ ਹੈ ਤੋ ਮਤਾਂ 'ਚ ਪੁੱਛਿਆ ਜਾਂਦਾ ਸੀ ਗੋਰਖ ਮਤਾਂ ਦੇ ਵਿੱਚ ਸਾਰੇ ਮਤਾਂ ਦੇ ਵਿੱਚ ਸਤਿਗੁਰੂ ਕਹਿੰਦੇ ਮੇਰਾ ਕੋਈ ਮਤ ਨਹੀਂ ਮੈਂ ਤਾਂ ਇੱਕ ਪਰਮਾਤਮਾ ਦਾ ਕਮਣ ਮੂਲ ਕਮਣ ਮਤ ਵੇਲਾ ਤੇਰਾ ਕੌਣ ਗੁਰੂ ਜਿਸ ਕਾ ਤੂੰ ਚੇਲਾ ਪੁੱਛਿਆ ਗਿਆ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਤੁਹਾਡਾ ਗੁਰੂ ਕੌਣ ਹੈ ਅਤੇ ਤੁਸੀਂ ਕਿਹਦੇ ਚੇਲੇ ਹੋ ਸਤਿਗੁਰੂ ਪਾਤਸ਼ਾਹ ਨੇ ਜਵਾਬ ਦਿੱਤਾ ਪਵਨ ਆਰੰਭ ਹਵਾ ਪਾਣੀ ਆਪਾਂ ਪਤਾ ਹੈ ਏਅਰ ਵਾਟਰ ਨਾਲ ਹੀ ਸਾਰਾ ਸੰਸਾਰ ਚੱਲਦਾ ਇਹ ਸਰੀਰ ਚੱਲਦਾ ਹੈ ਪਾਤਸ਼ਾਹ ਕਹਿਣ ਲੱਗੇ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਪਾਤਸ਼ਾਹ ਕਹਿੰਦੇ ਮੈਂ ਤਾਂ ਸ਼ਬਦ ਗੁਰੂ ਮੇਰਾ ਗੁਰੂ ਸ਼ਬਦ ਹੈ ਇਹ ਬੱਚਿਆਂ ਨੂੰ ਭਾਈ ਪਰਮਿੰਦਰ ਸਿੰਘ ਜੀ ਦੇ ਜਿਹੜੇ ਬੱਚੇ ਨੇ ਕਾਕਾ ਮਨਪ੍ਰੀਤ ਸਿੰਘ ਬੀਬਾ ਜਸਦੀਪ ਕੌਰ ਉਹਨਾਂ ਨੂੰ ਸ਼ਬਦ ਗੁਰੂ ਦੀ ਅਸੀਂ ਵਧਾਈ ਦੇਣ ਆਏ ਹਾਂ ਸ਼ਬਦ ਗੁਰੂ ਨਾਲ ਜੋੜਨ ਆਏ ਹਾਂ ਜਿਤਨੇ ਆਪ ਜੀ ਬੈਠੇ ਹੋ ਤੁਹਾਡੇ ਸਾਰਿਆਂ ਦੇ ਬੱਚਿਆਂ ਨੂੰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਚੱਲਣ ਦੀ ਅਰਦਾਸ ਕਰਨ ਆਏ
ਸਹਿਬ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਇਹ ਬਚਨ ਪੁੱਛੇ ਪਰ ਉਹ ਕਹਿਣ ਲੱਗੇ ਸ਼ਬਦ ਗੁਰੂ ਕੀ ਹੈ, ਕਿਉਂਕਿ ਸ਼ਬਦ ਗੁਰੂ ਨੂੰ ਫਾਲੋ ਕਰਨਾ ਬੜਾ ਔਖਾ ਹੈ ਅਤੇ ਤਾਂ ਹੀ ਉਹਨਾਂ ਨੂੰ ਵਾਰ ਵਾਰ ਪੁੱਛਿਆ ਜਾਂਦਾ ਸੀ। ਤਾਂ ਹੀ ਪਾਤਸ਼ਾਹ ਜੀ ਨੇ ਉਹਨਾਂ ਬੰਦਿਆਂ ਦੇ ਨਾਲ ਹੀ ਬਹੁਤ ਵਾਰ ਫਿਰ ਸਤਿਗੁਰੂ ਜੀ ਨੇ ਕਿਹਾ ਮੈਂ ਤਾਂ ਜਿਹੜਾ ਵੀ ਗਿਆਨ ਹੈ ਗੁਰਬਾਣੀ ਰਾਹੀਂ ਬੋਲਦਾ ਹਾਂ, ਹਰ ਇੰਨੀ ਬਾਣੀ ਬੋਲਦਾ ਇਤਨੀ ਬਾਣੀ ਬੋਲਦਾ ਕਿ ਲੋਕ ਤਾਂ ਗੁਰਬਾਣੀ ਸੁਣਨ ਵਾਸਤੇ ਕਹਿੰਦੇ ਨੇ ਸਾਨੂੰ ਸਮਝ ਨਹੀਂ ਆਉਂਦੀ, ਪਰ ਪਾਤਸ਼ਾਹ ਕਹਿੰਦੇ ਮੈਂ ਤਾਂ ਮੂੰਹ ਰੱਬਾ ਇੰਨੇ ਮੇਰੇ ਮੂੰਹ ਹੋ ਜਾਣ ਇੱਕ ਦੂ ਜੀ ਬਾਹੋਂ ਲੱਕ ਹੋਵੇ ਲੱਕ ਹੋਵੇ ਲੱਕ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਕ ਰਾਹੇ ਪਤ ਪਵੜੀਆਂ ਚੜੀਏ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੂੜਾ ਕੀਸ। ਤਾਂ ਕਹਿਣ ਲੱਗੇ ਮੈਂ ਤੇ ਗੁਰਬਾਣੀ ਬੋਲਦਾ ਤੇ ਬੋਲ ਕੇ ਇੱਕ ਮੂੰਹ ਨਾਲ ਇੱਕ ਜੀਭ ਨਾਲ ਮੇਰਾ ਕੁਛ ਨਹੀਂ ਬਣਦਾ, ਮੈਂ ਆਖਦਾ ਰੱਬਾ ਮੇਰੀਆਂ ਦੋ ਜੀਭਾਂ ਹੋ ਜਾਣ, ਚਾਰ ਹੋ ਜਾਣ, ਅੱਠ ਸੋਲ੍ਹਾਂ ਹੋ ਜਾਣ, ਸੈਂਕੜੇ ਹੋ ਜਾਣ, ਹਜ਼ਾਰਾਂ ਹੋ ਜਾਣ। ਦੇਖੋ ਕਿੰਨੀ ਸਹਿ ਪਰਮਾਤਮਾ ਦਾ ਨਾਮ ਜਪਣ ਦਾ ਚਾਅ ਹੈ। ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣੇ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਤਲੀਐ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਮ। ਹੈ ਔਖਾ ਹੈ, ਹੈ ਔਖਾ ਹੈ, ਪਰ ਪਾਤਸ਼ਾਹ ਕਹਿੰਦੇ ਮੇਰਾ ਆਖਣਾ ਹੀ ਜੀਵਨ ਹੈ। ਮੈਂ ਪਰਮਾਤਮਾ ਤੇਰਾ ਨਾਮ ਨਹੀਂ ਕਹਿੰਦਾ ਤਾਂ ਮੇਰਾ ਮਰਨਾ ਹੋ ਜਾਂਦਾ ਹੈ। ਜਿਸ ਤਰ੍ਹਾਂ ਇਹ ਬੱਚੇ ਅੱਜ ਵੀ ਮੈਂ ਦੇਖਿਆ, ਮੈਂ ਰਿਲੇਟਡ ਥੋੜ੍ਹਾ ਜਿਹਾ ਵਿਸ਼ਾ, ਅੱਜ ਵੀ ਸਿੱਖ ਬੱਚੀ ਬੱਚਿਆਂ ਦੇ ਜਨਮ ਦਿਨ, ਸਿੱਖ ਬੱਚੀ ਬੱਚਿਆਂ ਦੇ ਦੂਸਰੀ ਖੁਸ਼ੀ ਹੋਈ ਆ, ਇੱਥੇ ਰਹਿਤ ਮਰਿਆਦਿਆਂ ਦੀ ਗੱਲ ਹੋ ਰਹੀ ਹੈ। ਇਹ ਵੀ ਬਹੁਤ ਵਧੀਆ ਕੰਸੈਪਟ ਹੈ ਸਿੱਖ ਕੌਮ ਦਾ, ਗੁਰਬਾਣੀ ਰਹਿਤ ਮਰਿਆਦਾ। ਅਤੇ ਜਦੋਂ ਸਿੱਖ ਬੱਚਾ ਉਹਦੀ ਬੇਸ ਹੋਵੇਗਾ, ਗੁਰਬਾਣੀ ਨਾਲ ਜੁੜਿਆ ਹੋਵੇਗਾ, ਸਿੱਖ ਸਿੱਖਣੀ ਮਿਲਵਾ ਹੈ, ਤਾਂ ਪਾਤਸ਼ਾਹ ਕਹਿਣ ਲੱਗੇ ਹਰ ਇੱਕ ਮਾਂ ਨੂੰ ਹਰ ਇੱਕ ਪਿਤਾ ਨੂੰ ਇਕੱਠੇ ਹੋ ਕੇ ਬੱਚੇ ਨੂੰ ਕਾਕਾ ਮਨਪ੍ਰੀਤ ਸਿੰਘ ਜੀ ਬੀਬਾ ਜਸਦੀਪ ਕੌਰ ਨੂੰ ਬੱਚਿਆਂ ਨੂੰ ਮਾਂ ਪਿਤਾ ਸੰਸਕਾਰ ਦੇਣ, ਆਓ ਬੇਟਾ ਬੈਠੋ ਅਸੀਂ ਜਪਜੀ ਸਾਹਿਬ ਪੜ੍ਹਾਂਗੇ, ਤੁਸੀਂ ਸੁਣਨਾ ਆਖੋ ਸਤਿਰਾਮ, ਅਸੀਂ ਰਹਿਰਾਸ ਸਾਹਿਬ ਪੜ੍ਹਾਂਗੇ ਤੁਸੀਂ ਸੁਣਨਾ। ਉੱਥੇ ਲਿਖਿਆ ਹੈ ਰਹਿਤ ਮਰਿਆਦਾ ਦੇ ਅੰਦਰ, ਰਹਿਤ ਨਾਮਿਆਂ ਦੇ ਅੰਦਰ, ਕਿ ਸਿੱਖ ਸਿੱਖਣੀ ਮਿਲ ਪਹਿ ਚਰਚਾ ਕਰੈ ਅਪਾਰ, ਭਜਨ ਸਿਖਾਵੈ ਪੁੱਤਰ ਕੋ ਹਰ ਭਜ ਬਾਰ ਬਾਰ। ਧੀ ਨੂੰ ਕੋਲ ਬਿਠਾ ਲਿਆ ਜਾਏ, ਪੁੱਤਰ ਨੂੰ ਕੋਲ ਬਿਠਾ ਲਿਆ ਜਾਏ, ਉਸ ਨੂੰ ਬਾਣੀ ਸੁਣਾਈ ਜਾਏ, ਜਿਸ ਤਰ੍ਹਾਂ ਸਾਡੀਆਂ ਮਾਵਾਂ ਦਾਦੀਆਂ ਸਾਨੂੰ ਸਾਦੀਆਂ ਗੁਰਬਾਣੀ ਸੁਣਾਉਂਦੀਆਂ ਸਨ। ਤੋ ਅੱਜ ਜਿਹੜਾ ਦੁਖਾਂਤ ਹੈ, ਸਿੱਖ ਬੱਚੇ ਹੁੰਦੇ ਨੇ ਬਾਣੀ ਤੋਂ ਟੁੱਟੇ ਹੁੰਦੇ ਨੇ, ਉਹਨਾਂ ਦੀਆਂ ਵੀ ਕੁੰਡਲੀਆਂ ਮੰਗੀਆਂ ਜਾਂਦੀਆਂ ਕਿ ਦੱਸੋ ਲਿਆਓ ਇਹਦੀ ਜਨਮ ਪੱਤਰੀ ਦਿਓ ਲੜਕੀ ਦੀ, ਐਜੂਕੇਸ਼ਨ ਬੱਚੇ ਨੇ ਭਾਵੇਂ ਹਾਇਰ ਕੀਤੀ ਹੋਵੇ, ਬੱਚਾ ਭਾਵੇਂ ਇੰਜੀਨੀਅਰ ਹੋਵੇ ਡਾਕਟਰ ਹੋਵੇ, ਗੁਰਸਿੱਖਾਂ ਦੇ ਘਰ ਜਨਮ ਹੋਵੇ, ਉਸਦੀ ਵੀ ਕੁੰਡਲੀ ਜਨਮ ਪੱਤਰੀ ਮੰਗੀ ਜਾਂਦੀ ਹੈ। ਸਿੱਖ ਧਰਮ ਦੇ ਵਿੱਚ ਵੀ ਇਹ ਵਹਿਮ ਪਾਏ ਜਾਂਦੇ ਆ, ਮਜਲੀਕ ਹੈ। ਪਰ ਜਦੋਂ ਸਾਡੇ ਬੱਚਿਆਂ ਨੂੰ ਪੂਤਾ ਮਾਤਾ ਕੀ ਅਸੀਸ ਦੇ ਸ਼ਬਦ ਸੁਣਾਏ ਜਾਣਗੇ, ਇਸ ਤਰ੍ਹਾਂ ਜਨਮ ਦਿਨ ਮਨਾਏ ਜਾਣਗੇ, ਬੱਚਿਆਂ ਨੂੰ ਪਤਾ ਲੱਗੇਗਾ ਕਿ ਨਹੀਂ ਜੇ ਸਹਿਬ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੈਂ ਤਾਂ ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਨਾਨਕ ਦੇਵ ਜੀ ਨੂੰ ਵੀ ਇਸ ਤਰ੍ਹਾਂ ਕਰਾਉਣ ਆ ਗਏ ਸੀ, ਉਹਨਾਂ ਦਾ ਜਨਮ ਦਿਨ ਮਨਾਉਣ ਵੀ ਆਇਆ ਸੀ ਪੰਡਿਤ, ਪਰ ਪਾਤਸ਼ਾਹ ਜੀ ਨੇ ਕਿਹਾ ਇਹ ਜਨਮ ਦਿਨ ਮੈਂ
ਇਸ ਤਰ੍ਹਾਂ ਦਾ ਧਾਗਾ ਪਾ ਕੇ ਨਹੀਂ ਮਨਾਉਣਾ। ਆਖਿਆ ਸਲੋਕ ਮਹਲਾ ਪਹਿਲਾ, ਦਇਆ ਕਪਾਲ ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹਰੀ ਤਾਂ ਪਾਂਡੇ ਘੱਤ, ਨਾ ਇਹ ਟੁੱਟੇ ਨਾ ਮਨ ਲੱਗੇ, ਨਾ ਇਹ ਗਲੇ ਜਾਏ, ਧਨ ਸੋ ਮਾਨ ਸਿਧਾਂਤਾ ਜੋ ਗੱਲ ਚੱਲੇ ਪਾ। ਜਨਮ ਦੇਵੀ ਸੀ ਗੁਰੂ ਨਾਨਕ ਦੇਵ ਜੀ ਦਾ, ਜਦੋਂ ਪੰਡਿਤ ਬ੍ਰਾਹਮਣ ਕਹਿੜਾ ਨਹੀਂ ਸੀ ਛੱਡਦਾ, ਜਨਮ ਤੇ ਵੀ ਆ ਗਿਆ ਪੱਤਰੀ ਬਣਾਉਣ, ਅਤੇ ਮਹਾਰਾਜ ਜੀ ਦਾ ਜਨਮ ਦਿਨ ਵੀ ਮਨਾਉਣ ਆ ਗਿਆ ਪੱਤਰੀ ਜਨੇਊ ਪਾਣ। ਪਰ ਪਾਤਸ਼ਾਹ ਨੇ ਕਿਹਾ ਨਹੀਂ, ਮੈਂ ਤਾਂ ਗਿਆਨ ਗੁਰੂ ਸਤਿਗੁਰੂ ਪਾਤਸ਼ਾਹ ਜੀ ਤੋਂ ਮੈਨੂੰ ਜਨਮ ਮਿਲਿਆ ਹੈ, ਕੀਤਾ ਪਸਾਓ ਏਕੋ ਪਵਾਓ ਤਿਸਤੇ ਹੋਏ ਲੱਖ ਕਰੀਆ। ਉਸ ਪਰਮਾਤਮਾ ਨੇ ਜਿਸ ਨੇ ਮੈਨੂੰ ਜਨਮ ਦਿੱਤਾ ਹੈ, ਉਸ ਵਾਹਿਗੁਰੂ ਨੇ ਮੇਰੀ ਰੱਖਿਆ ਕਰਨੀ ਹੈ, ਉਹਦੇ ਨਾਲ ਮੈਂ ਜੁੜਨਾ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਤਾ, ਸਭਨੀ ਥਾਈ ਤਾਂ ਭਾਉ ਕਿਹਾ ਕਾੜਾ ਜੀ। ਇਸ ਕਰਕੇ ਜਨਮ ਦੇ ਵਿੱਚ ਵਧਾਈ ਹੁੰਦੀ ਹੈ। ਪਰ ਪਾਤਸ਼ਾਹ ਕਹਿਣ ਲੱਗੇ ਤਾਂ ਜਨਮ ਤੇ ਵੀ ਬ੍ਰਾਹਮਣ ਆ ਜਾਂਦਾ ਕਰਮ ਕਾਂਡੀ, ਬੱਚੇ ਦਾ ਜਨਮ ਦਿਨ ਮਨਾਉਣ 'ਤੇ ਵੀ ਆ ਜਾਂਦਾ ਹੈ। ਸਾਡਾ ਖਹਿੜਾ ਚੜਾਇਆ, ਸਾਨੂੰ ਗੁਰਬਾਣੀ ਨਾਲ ਜੋੜਿਆ ਕਿ ਜਿਹੜਾ ਗੁਰੂ ਦਾ ਸਿੱਖ ਹੈ ਉਹ ਆਪਣੇ ਬੱਚੇ ਦਾ ਜਨਮ ਦਿਨ ਮਨਾਏ, ਵਰ੍ਹੇ ਗੰਢ ਮਨਾਏ, ਪਾਠ ਰਖਾਏ, ਕੀਰਤਨ ਕਰਾਏ, ਸਿੱਖ ਸੰਗਤਾਂ ਨੂੰ ਬੁਲਾਏ, ਅਤੇ ਜਿਸ ਤਰ੍ਹਾਂ ਗਰੇਵਾਲ ਸਾਹਿਬ ਨੇ ਇੱਥੇ ਤੁਹਾਨੂੰ ਸੱਦਿਆ ਹੈ, ਬਾਣੀ ਨੂੰ ਗੁਰਬਾਣੀ ਇਸ ਜਗ ਮੈਂ ਚਾਨਣ, ਅਤੇ ਜਾਂ ਆਪਣੇ ਬੱਚੇ ਨੂੰ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਜਿਹੜੇ ਬੱਚੇ ਨੂੰ ਬਾਣੀ ਸੁਣਾਈ ਜਾਏਗੀ, ਬੱਚੇ ਨੂੰ ਕਹਾਣੀ ਸੁਣਾਈ ਜਾਏਗੀ ਗੁਰਬਾਣੀ ਦੀ, ਉਹ ਪੁੱਤਰਾਂ ਤੋਂ ਸਪੁੱਤਰ ਬਣ ਜਾਏਗਾ।